ਸ਼੍ਰੋਮਣੀ ਅਕਾਲੀ ਦਲ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਰਦਾਰ ਉਤਾਰ ਸਿੰਘ ਜੀ ਜ਼ੀਰਾ, ਬੀਜੇਪੀ ਦੇ ਸੀਨੀਅਰ ਲੀਡਰ ਰਾਏ ਸਾਹਿਬ ਤੇ ਬਹੁਤ ਹੀ ਪੰਥਕ ਹਲਕੇ ਦੇ ਮਹਾਨ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਹਿਲਾਂ ਵੀ ਜ਼ੀਰੇ ਆਉਣ ਦਾ ਇਲੈਕਸ਼ਨਾਂ ਦੇ ਸਿਲਸਿਲੇ ਵਿੱਚ ਜਾਂ ਹੋਰ ਸਿਲਸਿਲੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਏਡਾ ਵੱਡਾ ਕੱਟ ਪਹਿਲਾਂ ਮੈਂ ਜ਼ੀਰੇ ਕਦੇ ਨਹੀਂ ਦੇਖਿਆ। ਇੱਕ ਰਹਿਣਾ ਹੈ ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਲੈਕਸ਼ਨ ਦੇ ਸਿਲਸਿਲੇ ਤਕਰੀਬਨ 40-50 ਹਲਕੇ ਜਾ ਕੇ ਆਇਆ, ਕਿਉਂਕਿ ਅੱਧੇ ਹਲਕੇ ਮੈਂ ਕਰਦਾ, ਅੱਧੇ ਸੁਖਬੀਰ ਕਰਦਾ। ਮੈਂ ਇੰਨੀ ਵਿਰਵਾਜਨ ਆਖਾਂ ਕਿਸੇ ਵੀ ਹਲਕੇ ਵਿੱਚ ਏਡਾ ਵੱਡਾ ਇਕੱਠ ਮੈਂ ਨਹੀਂ ਦੇਖਿਆ ਜਿੰਨਾ ਤੁਹਾਡਾ ਦੇਖਿਆ। ਇਹ ਇਕੱਠ ਕੀ ਦੱਸਦਾ? ਮੈਨੂੰ ਸਰਦਾਰ ਹਰੀ ਸਿੰਘ ਨੇ ਦੱਸਿਆ ਕਿ ਜਿੰਨੀ ਵੀ ਸੰਗਤ ਆਈ ਹੈ ਅਸੀਂ ਨਾ ਕੋਈ ਸਵਾਰੀ ਦਿੱਤੀ ਹੈ, ਨਾ ਕੋਈ ਇੰਤਜ਼ਾਮ ਕੀਤਾ, ਸਾਰੀ ਦੀ ਸਾਰੀ ਸੰਗਤ ਆਪਣਾ ਪ੍ਰਬੰਧ ਕਰਕੇ ਇੱਥੇ ਆਈ। ਇਹ ਵੀ ਬੜੀ ਵੱਡੀ ਗੱਲ ਹੈ ਔਰ ਇਸ ਇਕੱਠ ਤੋਂ ਇਹ ਪਤਾ ਲੱਗਦਾ ਕਿ ਇੱਕ ਤਾਂ ਤੁਸੀਂ ਜਿਹੜਾ ਇਲੈਕਸ਼ਨ ਹੈ ਇਹਦੀ ਅਹਿਮੀਅਤ ਨੂੰ ਸਮਝ ਗਏ ਔਰ ਇੱਕ ਤੁਹਾਡਾ ਜ਼ੀਰਾ ਪਰਿਵਾਰ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਕਿੰਨਾ ਪਿਆਰ ਹੈ ਇਹ ਵੀ ਇਕੱਠ ਤੋਂ ਪਤਾ ਲੱਗਦਾ। ਵੀਰੋ ਅੱਜ ਮੰਤਵ ਕੀ ਹੈ? ਇੱਕ ਮੰਤਵ ਹੈ ਕਿ ਤੁਸੀਂ ਕਿਹੜਾ ਕੈਂਡੀਡੇਟ ਚੁਣਨਾ ਜਿਹੜਾ ਕੋਈ ਤੁਹਾਡੇ ਹਲਕੇ ਦੀ ਸੇਵਾ ਕਰ ਸਕੇ, ਤੇ ਦੂਜਾ ਤੁਸੀਂ ਸਰਕਾਰ ਚੁਣਨੀ ਹੈ ਜਿਹੜੀ ਸਰਕਾਰ ਦਾ ਪਿਛੋਕੜ ਵੀ ਤੁਸੀਂ ਵੇਖਿਆ ਜਿਹੜੀ ਤੁਹਾਡੀ ਜ਼ਿਆਦਾ ਸੇਵਾ ਕਰ ਸਕੇ। ਅੱਜ ਸ਼੍ਰੋਮਣੀ ਦੋ ਮੁੱਦੇ ਹਨ, ਇੱਕ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਕ ਹੈ ਆਲ ਰਾਊਂਡ ਸਾਰੇ ਹਿੰਦੁਸਤਾਨ ਦੀ। ਜਿੱਥੋਂ ਤੱਕ ਅਮਨ ਸ਼ਾਂਤੀ ਦਾ ਸਵਾਲ ਹੈ, ਆ ਜਿਹੜੀ ਪੰਜਾਬ ਚ ਅਮਨ ਸ਼ਾਂਤੀ ਆਪਣੇ ਭੰਗ ਹੋਈ, ਬੜਾ ਭੈੜਾ ਸਮਾਂ ਤੁਸੀਂ ਦੇਖਿਆ। ਇਹ ਅਮਨ ਸ਼ਾਂਤੀ ਭੰਗ ਕਰਨ ਦੀ ਬੁਨਿਆਦ ਕਿਹਨੇ ਰੱਖੀ? ਇਹ ਕਾਂਗਰਸ ਨੇ ਰੱਖੀ। ਮੈਨੂੰ ਪਤਾ ਕਿ ਉਸ ਵੇਲੇ ਇਹਨਾਂ ਨੇ ਆਪਣੇ ਕਾਂਗਰਸ ਦੇ ਵਰਕਰਾਂ ਤੋਂ ਸ੍ਰੀ ਮੰਦਰਾਂ ਵਿੱਚ ਰਘੂਆਂ ਦੀਆਂ ਬੁੱਛਾਂ ਸਟਾਈਆਂ ਔਰ ਪਵਿੱਤਰ ਗੁਰਦੁਆਰਾ ਸਾਹਿਬਾਨ ਬੀੜੀਆਂ ਸਟਾਈਆਂ। ਮਤਲਬ ਕੀ ਸੀ? ਕਿ ਇਹ ਤਣਾਅ ਹੋਵੇ